सुबह सुबह इतना क्राउड अच्छा लगा, क्राउड देख के हमें इतना एक्सपेक्ट नहीं कर रहे थे, पर हमें बहुत मजा आया। ये लोगों का बहुत एंथुजियाज्म रहा, 18,000 रजिस्ट्रेशन से अराउंड 10 to 12,000 पार्टिसिपेंट ने। इवेंट्स है वो करते रहना चाहिए ताकि जी हेल्थ कॉन्शियस एंड जिहड़ा लुधियाने का ना एक जिहड़ा वर्ल्ड लैवल ते ये बना रहे। ਜਿੱਦਾਂ ਸੀ ਪੀ ਸਾਹਿਬ ਨੇ ਆਪਣੇ ਮੈਸੇਜ ਕਿਹਾ ਸੀਗਾ ਕਿ ਡਰੱਗ ਡੀ ਅਡਿਕਸ਼ਨ ਦਾ ਸਭ ਤੋਂ ਵਧੀਆ ਜਿਹੜਾ ਮੈਥਡ ਹੈ ਸਪੋਰਟਸ ਹੈ, ਔਰ ਸਪੋਰਟਸ ਦੇ ਵਿੱਚੋਂ ਰਨਿੰਗ ਇਸ ਦੀ ਬੈਸਟ ਮੈਥਡ। 5 ਕਿਲੋਮੀਟਰ ਅਸੀਂ ਕੰਪਲੀਟ ਕੀਤੀ ਹੈ ਅਤੇ ਅਸੀਂ ਰੋਜ਼ ਇੱਥੇ ਰਨਿੰਗ ਕਰ ਰਹੇ ਹਾਂ, ਔਰ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਆਪਣੀ ਸਿਹਤ ਵੱਲ ਧਿਆਨ ਦੇਣ ਅਤੇ ਕੋਈ ਨਾ ਕੋਈ ਐਕਟੀਵਿਟੀ ਜ਼ਰੂਰ ਕਰਨ। ਦੇਖੋ ਇਹ ਮੈਰਾਥੋਨ ਵਾਈਸ ਚਾਂਸਲਰ ਸਾਹਿਬ ਸੀ ਪੀ ਸਾਹਿਬ ਦੇ ਸਹਿਯੋਗ ਨਾਲ ਹੋ ਚੁੱਕੀ ਹੈ, ਆਰ ਜੀ ਹੋਸਪਿਟਲਸ ਨੇ ਅਰੇਂਜ ਕੀਤੀ ਹੈ। ਲੋਕਾਂ ਦਾ ਬਹੁਤ ਐਂਥੂਜ਼ਿਆਜ਼ਮ ਰਿਹਾ, 18,000 ਰਜਿਸਟ੍ਰੇਸ਼ਨ ਸੀ, ਅਰਾਊਂਡ 10 to 12,000 ਪਾਰਟੀਸਪੈਂਟ ਨੇ। ਸਭ ਨੇ ਬਹੁਤ ਐਂਥੂਜ਼ਿਆਜ਼ਮ ਦੇ ਨਾਲ ਪਾਰਟੀਸਪੇਟ ਕੀਤਾ, ਔਰ ਮੈਸੇਜ ਇਹੀ ਹੈ ਕਿ ਮਿਲਿੰਦ ਜੀ ਨੂੰ ਇਸੇ ਲਈ ਬੁਲਾਇਆ ਗਿਆ ਸੀ ਸੋ ਦੈਟ ਉਹ ਯੂਥ ਨੂੰ ਮੈਸੇਜ ਦੇ ਸਕਣ ਕਿ ਰਨਿੰਗ ਇਜ਼ ਗੁੱਡ ਫੋਰ ਹੈਲਥ। ਜਿੱਦਾਂ ਸੀ ਪੀ ਸਾਹਿਬ ਨੇ ਆਪਣੇ ਮੈਸੇਜ ਕਿਹਾ ਸੀਗਾ ਕਿ ਡਰੱਗ ਡੀ ਅਡਿਕਸ਼ਨ ਦਾ ਸਭ ਤੋਂ ਵਧੀਆ ਜਿਹੜਾ ਮੈਥਡ ਹੈ ਸਪੋਰਟਸ ਹੈ, ਔਰ ਸਪੋਰਟਸ ਦੇ ਵਿੱਚੋਂ ਰਨਿੰਗ ਇਜ਼ ਦੀ ਬੈਸਟ ਮੈਥਡ। ਯਹਾਂ ਸੇ ਅਰਾਊਂਡ 12,000 ਅਭੀ ਐਗਜੈਕਟ ਫਿਗਰ ਤੋਂ ਨਹੀਂ ਹੈ, ਲੇਕਿਨ 18,000 ਹਮਾਰੇ ਪਾਸ ਰਜਿਸਟ੍ਰੇਸ਼ਨ ਥੀ, ਤੋ ਅਰਾਊਂਡ 12,000 ਪਾਰਟੀਸਪੈਂਟਸ ਹੈ ਹਮਾਰੇ ਪਾਸ। ਯੂਥ ਕੋ ਯਹੀ ਹੈ ਕਿ ਆਪ ਪਾਰਟੀਸਪੇਟ ਮੋਰ ਇਨ ਸਪੋਰਟਸ ਸਪੈਸ਼ਲੀ ਰਨਿੰਗ ਐਂਡ ਸਟੇ ਅਵੇ ਫਰੋਮ ਡਰੱਗਸ। ਮੈਂ ਇਹੀ ਕਹਿਣਾ ਚਾਹੁੰਦਾ, ਬਹੁਤ ਹੀ ਵਧੀਆ ਉਪਰਾਲਾ ਹੈ ਇਹ, ਜੋ ਡਾਕਟਰ ਸਾਹਿਬ ਨੇ ਜੋ ਉਪਰਾਲਾ ਕੀਤਾ ਹੈ ਇਹ ਬਹੁਤ ਹੀ ਵਧੀਆ ਮੇਗਾ ਇਵੈਂਟਸ ਔਰਗੇਨਾਈਜ਼ ਕੀਤਾ ਹੈ, 18,000 ਪਾਰਟੀਸਪੇਟਸ। ਮੈਂ ਰਿਕੁਐਸਟ ਕਰੂੰਗਾ ਕਿ ਬਾਕੀ ਵੀ ਇਹੋ ਜਿਹੇ ਇਵੈਂਟਸ ਹੈ ਉਹ ਕਰਦੇ ਰਹਿਣਾ ਚਾਹੀਦਾ ਤਾਂ ਕਿ ਜਿਹੜੀ ਹੈਲਥ ਕੌਨਸ਼ੀਅਸ ਐਂਡ ਜਿਹੜਾ ਲੁਧਿਆਣੇ ਦਾ ਨਾਂ ਇੱਕ ਜਿਹੜਾ ਵਰਲਡ ਲੈਵਲ 'ਤੇ ਇਹ ਬਣਾ ਰਹੇ। ਇਹੀ ਮੈਂ ਮੈਸੇਜ ਦੇਣਾ ਚਾਹਾਂਗਾ ਕਿ ਉਹ ਮੈਂ ਆਪਣੇ ਹੈਲਥ ਦਾ ਧਿਆਨ ਰੱਖੇ ਅਤੇ ਮੈਕਸੀਮਮ ਸਪੋਰਟਸ ਮੈਂ ਪਾਰਟੀਸਪੇਟ ਕਰੇ ਅਤੇ ਨਸ਼ਾ ਤੋਂ ਦੂਰ ਰਹੇ। ਥੈਂਕ ਯੂ ਸਰ। ਕੈਸਾ ਲੱਗ ਰਿਹਾ ਅੱਜ ਭਾਈ? ਬਹੁਤ ਅੱਛਾ ਲੱਗਿਆ, ਆਰਦੀ ਸਟੋਨ ਵਾਲਿਆਂ ਨੇ ਬਹੁਤ ਅੱਛਾ ਚਾਲੂ ਕੀਤੀ ਮੈਰਾਥਨ, ਜਿਹੜੇ ਹਰ ਇੱਕ ਬੰਦੇ ਨੂੰ ਜ਼ਰੂਰੀ ਹੈ ਅੱਜ ਦੇ ਦੌਰ 'ਚ, ਆਪਣੇ ਜ਼ਿੰਦਗੀ ਦੇ ਪੂਰੇ ਦਿਨ ਦੇ ਟਾਈਮ ਦੇ ਵਿੱਚ ਥੋੜ੍ਹਾ ਟਾਈਮ ਆਪਣੇ ਲਈ ਕੱਢਣਾ ਅਤੇ ਸਿਹਤ ਲਈ ਬਹੁਤ ਅੱਛਾ ਹੈ। ਅਤੇ ਆਰਤੀ ਸਟੋਨ ਵਾਲਿਆਂ ਨੂੰ ਧੰਨਵਾਦ ਕਹਾਂਗੇ ਕਿ ਇਹਨਾਂ ਦਾ ਉਪਰਾਲਾ ਕੀਤਾ, ਘੱਟੋ ਘੱਟ 10,000 ਬੰਦਿਆਂ ਦਾ ਇੱਥੇ ਇਕੱਠ ਹੋਇਆ ਅਤੇ ਆਹ ਅਸੀਂ 5 ਕਿਲੋਮੀਟਰ ਅਸੀਂ ਕੰਪਲੀਟ ਕੀਤੀ ਹੈ ਅਤੇ ਅਸੀਂ ਰੋਜ਼ ਇੱਥੇ ਰਨਿੰਗ ਕਰਦੇ ਹਾਂ, ਔਰ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਆਪਣੀ ਸਿਹਤ ਵੱਲ ਧਿਆਨ ਦੇਣ ਅਤੇ ਕੋਈ ਨਾ ਕੋਈ ਐਕਟੀਵਿਟੀ ਜ਼ਰੂਰ ਕਰਨ।